على عباده الذين اصطفى أما بعد فأعوذ بالله السميع العليم من الشيطان الرجيم بسم الله الرحمن الرحيم وقال ربكم ادعوني أستجب لكم إن الذين يستكبرون عن عبادتي سيدخلون جهنم داخرين قال النبي صلى الله عليه وسلم الدعاء هو العبادة اللہ تبارک و تعالی فرماندے نے کہ مجھے پکارو میں تمہاری پکار کو قبول کروں گا بے شک وہ لوگ جو تکبر کرتے ہیں مجھے پکارنے سے میری عبادت سے منہ موڑتے ہیں تکبر کرتے ہیں عن قریب انہیں جہنم میں داخل کیا جائے گا جو ہمیشہ ہمیشہ اس میں رہیں گے۔ رسول اللہ صلی اللہ علیہ وسلم نے فرمایا کہ دعا عبادت ہے۔ حضرات میں اہل حدیث حضرات سے چند ایک گزارشات عرض کرنا چاہتا ہوں۔ جو علماء اہل حدیث، خطباء اہل حدیث، سنت رسول تے ہون دا دعویٰ کردے نے، اپنے واعظ تقاریر اور خطبان وہ کہندے نے کہ اسی صرف اور صرف حدیث اور سنت دے مطابق عمل کرنے ہاں، لیکن دیکھیا یہ جا رہا ہے کہ وہ اپنے اس دعوے دے مطابق عمل نہیں کرتے، بلکہ جس مسئلے نو وہ شد و مد دے نال بدعت ثابت کرتے ہیں، بعض جگہ تے بعض موقع تے اپنی مرضی دے مطابق ہی اس مسئلے نو پھر وہ بیان بھی کرتے ہیں اور وہ دیتے عمل بھی کرتے ہیں۔ ادیاں چند ایک مثالاں میں عرض کراں گا۔ پہلی بات تو یہ ہے کہ دعا عبادت ہے، اس بات کا کوئی بھی انکار نہیں کرتا۔ جس طرح نماز عبادت ہے، ہر گروہ ہر جماعت نماز پڑھتی ہے، کوئی کسی نو یہ نہیں کہہ سکتا کہ فلاں نماز دا منکر ہے۔ ساریا جماعت نماز پڑھ دیا نے نا، لیکن طریقے کار سب دا الگ الگ ہے، طریقے کار نال اختلاف ہے، نماز نال کسی نو کوئی اختلاف نہیں۔ اسی طرح میرے ویرو دعا نال مینو کوئی اختلاف نہیں، میں قرآن کریم دے جس مقام نو پڑھ رہا ہوں، چویا پارا سورت المومن ہے، اللہ فرماتے ہیں کہ دعا عبادت ہے، جو میری عبادت ولوں منہ پھیرے گا وہ ہمیشہ جہنم وچ رہے گا۔ رسول اللہ فرماتے ہیں کہ دعا عبادت ہے، قرآن حدیث دعا نو عبادت کہندے نے، میں اس عبادت کا انکار کیویں کر سکنا وا؟ میں انکار کرنا اس طریقے کار دا، جویں میرا اہل حدیث بھائی خطیب عالم شیخ الحدیث مناظر مفسر
ਦੂਸਰਿਆਂ ਦੀ ਨਮਾਜ਼ ਦੇ ਤਰੀਕੇਕਾਰ ਦਾ ਇਨਕਾਰ ਕਰਦਾ ਹੈ, ਮੈਂ ਇਹਦੀ ਦੁਆ ਦੇ ਤਰੀਕੇਕਾਰ ਨਾਲ ਇਖਤਲਾਫ ਕਰਨਾ ਅਤੇ ਇਨਕਾਰ ਕਰਨਾ। ਜਿਵੇਂ ਇਹ ਦੂਜਿਆਂ ਦੀ ਨਮਾਜ਼ ਦਾ ਇਨਕਾਰ ਨਹੀਂ ਕਰਦਾ, ਇਵੇਂ ਮੈਂ ਦੁਆ ਦਾ ਇਨਕਾਰ ਨਹੀਂ ਕਰਦਾ, ਇਹਨੂੰ ਉਹਦੇ ਨਮਾਜ਼ ਦੇ ਤਰੀਕੇ ਨਾਲ ਇਖਤਲਾਫ ਹੈ ਅਤੇ ਮੈਨੂੰ ਵੀ ਇਹਦੇ ਦੁਆ ਮੰਗਣ ਦੇ ਤਰੀਕੇ ਨਾਲ ਇਖਤਲਾਫ ਹੈ। ਬਾਤ ਸਮਝ ਅੱਜ ਤਰ੍ਹਾਂ। ਮੇਰੀ ਇੱਕ ਕਿਤਾਬ ਇੱਕ ਵੱਡੇ ਆਲਮ ਨੂੰ ਕਿਸੇ ਨੇ ਵਿਖਾਈ ਕਿ ਲਓ ਜੀ, ਉਹਨਾਂ ਨੇ ਤੇ ਸਾਬਤ ਕੀਤਾ ਹੈ ਕਿ ਨਮਾਜ਼ ਤੋਂ ਬਾਅਦ ਹੱਥ ਉਠਾ ਕੇ ਦੁਆ ਮੰਗਣੀ ਸਾਬਤ ਨਹੀਂ ਰਸੂਲੁੱਲਾ ਕੋਲੋਂ ਸੱਲੱਲਾਹੁ ਅਲੈਹਿ ਵਸੱਲਮ। ਉਸ ਆਲਮ ਨੇ ਅੱਗੋਂ ਮਜ਼ਾਕ ਵਿੱਚ ਗੱਲ ਕਰ ਦਿੱਤੀ, ਲਓ ਜੀ ਪਹਿਲਾਂ ਤਾਂ ਆਉਂਦੇ ਸਨ ਕਿ ਅੱਲਾਹ ਤੋਂ ਇਲਾਵਾ ਕਿਸੇ ਕੋਲੋਂ ਨਾ ਮੰਗੋ ਅਤੇ ਹੁਣ ਆਉਂਦੇ ਨੇ ਰੱਬ ਕੋਲੋਂ ਵੀ ਨਾ ਮੰਗੋ। ਝੇੜ ਕੀਤੀ, ਮਜ਼ਾਕ ਕੀਤਾ, ਮਸਲੇ ਨੂੰ ਉਲਝਾ ਦਿੱਤਾ, ਲੋਕਾਂ ਨੂੰ ਗੁੰਮਰਾਹ ਕੀਤਾ। ਕਿਹੜਾ ਜ਼ਾਲਮ ਆਉਂਦਾ ਰੱਬ ਕੋਲੋਂ ਨਾ ਮੰਗੋ ਬਾਈ? ਕਿਆ ਮੈਂ ਆਖਿਆ ਆਪਣੀ ਕਿਤਾਬ ਵਿੱਚ ਰੱਬ ਕੋਲੋਂ ਨਾ ਮੰਗੋ? ਮੰਗਣ ਦੇ ਤਰੀਕੇਕਾਰ ਨਾਲ ਮੈਨੂੰ ਇਖਤਲਾਫ ਹੈ, ਉਹ ਇਹਨੂੰ ਵੀ ਇਖਤਲਾਫ ਹੈ, ਇਹ ਖੁਦ ਵੀ ਕਹਿੰਦਾ ਹਾਂ ਸਾਬਤ ਤੇ ਨਹੀਂ। ਜੇ ਸਾਬਤ ਨਹੀਂ ਤੇ ਫਿਰ ਮੰਗਦਾ ਕਿਉਂ ਹੈ? ਉਹ ਕਦੀ ਕਦੀ ਮੰਗ ਲੈਣੀ ਚਾਹੀਦੀ ਹੈ। ਜਿਹੜਾ ਕੰਮ ਅੱਲਾਹ ਦੇ ਰਸੂਲ ਤੋਂ ਸਾਬਤ ਨਹੀਂ, ਉਹ ਕਦੀ ਕਦੀ ਕਰ ਲੈਣਾ ਚਾਹੀਦਾ। ਬਿਦਤ ਕਦੀ ਕਦੀ ਕਰ ਲੈਣੀ ਚਾਹੀਦੀ ਹੈ। ਮੈਂ ਬੜੇ ਅਦਬ ਨਾਲ ਅਰਜ਼ ਕਰਨਾ ਚਾਹੁੰਦਾ ਤੇ ਮਸਲਾ ਤੁਹਾਨੂੰ ਅੱਜ ਸਮਝਾਵਾਂਗਾ ਇਨਸ਼ਾਅੱਲਾ। ਦੁਆ ਦੇ ਅੰਦਰ ਬਹੁਤ ਮੁਬਾਲਗਾ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਉਲਝਾਇਆ ਜਾ ਰਿਹਾ ਹੈ। ਲੋਕ ਕਰੋੜਾਂ ਲੱਖਾਂ ਰੁਪਈਏ ਲਾਉਂਦੇ ਨੇ ਭਾਅ ਜੀ ਅੱਜ ਦੁਆ ਹੋਣੀ ਹੈ, ਇਸ਼ਤਿਹਾਰ ਛਾਪਦੇ ਨੇ, ਮੌਲਵੀਆਂ ਦੀਆਂ ਫੋਟੋਆਂ ਵੀ ਛਾਪਦੀਆਂ ਨੇ ਉਸ ਇਸ਼ਤਿਹਾਰ ਤੇ, ਜਲਸਿਆਂ ਦੇ ਨਾਂ, ਮੌਲਵੀਆਂ ਦੇ ਨਾਂ, ਰਾਤਾਂ ਦੇ ਨਾਮ। ਆਓ ਰੱਬ ਨੂੰ ਮਨਾ ਲਓ। ਕਿਉਂ ਬਈ? ਸਾਰੀਆਂ ਰਾਤਾਂ ਗੁਜ਼ਰ ਜਾਂਦੀਆਂ ਨੇ, ਸਾਰੇ ਸਾਲ ਦੀ ਕਸਰ ਲੋਕੀ ਕੱਢ ਦਿੰਦੇ ਨੇ, ਲੱਖਾਂ ਰੁਪਈਏ ਲਾ ਦਿੰਦੇ ਨੇ, ਅੱਜ ਰੱਬ ਨੂੰ ਮਨਾਇਆ ਜਾਏਗਾ। ਰੱਬ ਤੇ ਹਮੇਸ਼ਾ ਬੰਦੇ ਤੇ ਰਾਜ਼ੀ ਹੁੰਦਾ ਹੈ, ਰੱਬ ਨੂੰ ਮਨਾਇਆ ਜਾਏਗਾ। ਆਖਿਆ ਕਰੋ ਅੱਜ ਆਪਣੇ ਆਪ ਨੂੰ ਅੱਲਾਹ ਦੇ ਹਾਂ ਪੇਸ਼ ਕੀਤਾ ਜਾਏਗਾ ਤੇ ਅਸੀਂ ਸ਼ਰਮਿੰਦਾ ਹੋਵਾਂਗੇ ਰੱਬ ਅੱਗੇ। ਆਓ ਆ ਕੇ ਰੱਬ ਅੱਗੇ ਸ਼ਰਮਿੰਦਾ ਹੋਈਏ ਕਿ ਅਸੀਂ ਨਾਰਾਜ਼ ਤੇਰੇ ਨਾਲ ਹੋਏ ਸਾਂ, ਅਸੀਂ ਆ ਗਏ ਹਾਂ ਤੇਰੇ ਘਰ। ਕਿਉਂ ਵੀ ਗੱਲ ਸਮਝੀ? ਜਿਹੜਾ ਬੱਚਾ ਨਾਰਾਜ਼ ਹੋ ਕੇ ਘਰੋਂ ਟੁਰ ਜਾਏ, ਉਹ ਵਾਪਸ ਆ ਜਾਏ, ਉਹਦਾ ਵਾਪਸ ਆਉਣ ਦਾ ਹੱਕ ਬਣਦਾ ਨਾ। ਮਾਂ ਪਿਓ ਨੂੰ ਰਾਜ਼ੀ ਕਰ ਲਵੇ ਆ ਕੇ, ਅਤੇ ਮਾਂ ਪਿਓ ਤਾਂ ਰਾਜ਼ੀ ਰਾਜ਼ੀ ਹੈ। ਮਾਂ ਪਿਓ ਤਾਂ ਉਦੋਂ ਨਾਰਾਜ਼ ਹੈ ਜਦੋਂ ਘਰੋਂ ਨਿਕਲ ਗਿਆ, ਜਦੋਂ ਆ ਜਾਏ ਤਾਂ ਉਹ ਕਿਉਂ ਬਈ ਰਾਜ਼ੀ ਹੈ ਨਾ। ਨਾਰਾਜ਼ ਤਾਂ ਤੂੰ ਹੋਇਆ ਸੈ, ਨਹੀਂ ਸਹਿ ਉਹਦੇ ਦਰ 'ਤੇ ਆਉਂਦਾ, ਨਮਾਜ਼ ਨਹੀਂ ਸਹਿ ਪੜ੍ਹਦਾ, ਉਹ ਤੈਨੂੰ ਆਵਾਜ਼ਾਂ ਮਾਰਦਾ। ਵਕਾਲ ਰੱਬੁਕੁਮ ਉਦਊਨੀ ਅਸਤਜਿਬ ਲਕੁਮ, ਪੁਕਾਰੋ ਮੈਨੂੰ, ਮੰਗੋ ਮੇਰੇ ਕੋਲੋਂ, ਗੱਲ ਤਾਂ ਮੇਰੇ ਨਾਲ ਕਰੋ, ਮੈਂ ਤੁਹਾਡੀ ਸੁਣਾਂਗਾ। ਕਿੱਧਰ ਜਾਂਦੇ ਹੋ ਪੈ? ਇਹ ਆਪ ਹੀ ਨਹੀਂ ਉਹਨੂੰ ਪੁਕਾਰਦਾ। ਇਸ਼ਤਿਹਾਰ ਜਪੇ ਨੇ, ਆਓ ਰੱਬ ਨੂੰ ਮਨਾ ਲਈਏ। ਕਿਵੇਂ ਮਨਾਉਣਾ? ਸਾਰੇ ਰਲ ਕੇ ਇਹ ਜਿੱਤੇ ਮਾਹੀ ਦੁਆ ਕਰਦੇ ਨੇ, ਰੋ ਰੋ ਕੇ, ਗਿਣ ਗਿੜਾ ਕੇ। ਇਸ਼ਤਿਹਾਰਾਂ ਦੇ ਉੱਤੇ ਫੋਟੋ ਛਪੇ ਨੇ, ਇਹ ਫੇਸਬੁੱਕ 'ਤੇ ਸਾਡੀ ਜਮਾਤ ਦੇ ਮੁਨਾਜ਼ਰ ਹਾਫਿਜ਼ ਅਬਦੁੱਲਾ ਸ਼ੇਹੂਪੁਰੀ ਰਹਿਮਤੁੱਲਾ ਅਲੈਹ, ਸ਼ੇਹੂਪੁਰੇ ਵਾਲੇ, ਉਹਨਾਂ ਦੇ ਬੇਟੇ ਹਾਫਿਜ਼ ਅਬਦੁਲ ਬਾਸਤ ਸ਼ੇਹੂਪੁਰੀ ਸਾਹਿਬ ਨੇ, ਉਹਨਾਂ ਦਾ ਇਸ਼ਤਿਹਾਰ ਛਪਿਆ ਹੈ 27ਵੀਂ ਰਾਤ ਦਾ। ਹਾਫਿਜ਼ ਅਬਦੁਲ ਬਾਸਤ ਸਾਹਿਬ ਦੀ ਵੀ ਫੋਟੋ ਛਪੀ ਹੈ ਔਰ ਉਹਨਾਂ ਦੇ ਅੱਬਾ ਜੀ ਦੀ ਵੀ ਫੋਟੋ ਛਪੀ ਹੈ ਇਸ਼ਤਿਹਾਰ 'ਤੇ। ਪਹਿਲੀ ਬਾਤ ਤੋਂ ਮੈਂ ਅਰਜ਼ ਕਰਨਾ ਕਿ ਫੋਟੋਆਂ ਛਾਇਆ ਕਰ ਕਰਕੇ ਇਸ ਤਰ੍ਹਾਂ ਦੇ ਕੰਮ ਕਰਨੇ, ਇਹ ਸਹੀ ਨਹੀਂ, ਇਹ ਗਲਤ ਹੈ।
अच्छा तुसा हाफिज अब्दुल बासित दी छापी है वो तो जिंदा उन्हें तकरीर करनी है दुआ करनी है हाफिज अब्दुल्ला साहब दी उत्ते क्यों छापी है भाई उहदा की मकसद है वो तो फौत हो गए ने कई साल हो गए ने फौत शुदगान की तस्वीर सामने लिया के उहदा की मकसद है लोगों को तासर की दिता जा रहा है। दूसरे भाई यह काम करन ते उन्हां ते असीं किवें फतवे लगाने हैं। फिर इजतिमाई दुआ की जा रही है ना लै लैके चौधरियां दे पैसे देण वालियां दे मठियाई वंडण वालियां दे भाईओ जमात अहले हदीस का फतवा है मुतफका तौर दे उत्ते कि नमाज़े तस्बीह जिहड़ी है वह जमातन पढ़ी नहीं जा सकती क्योंकि बिदत है। दौरे रसूल दे अंदर रसूलुल्लाह ने असहाबे मुहम्मद ने ए जमात नाल नमाज़े तस्बीह नहीं पढ़ी। दूसरी बात अब्दुल्ला इब्ने मसूद रजी अल्लाह ताला अन्हु मस्जिद के अंदर गए कुछ चंद लोगों को देखा वह बैठे सन ते इजतिमाई इकट्ठा जिक्र करते सन पै कुछ पढ़ते सन पै जिक्र अजकार ही करते सन ना पै कुछ ना कुछ वह करते सन ना पै अल्लाह तौबा कट्ठे होके अब्दुल्ला इब्ने मसूद ने फरमाया उठ जाओ इतों अजे नबी करीम का कफन भी मैला नहीं होया तो तुसा ये बिदत शुरू कर दी है। नबी करीम ने यह कदों फरमाया काम तुसा ये की बिदत शुरू कर दी है भाई जिक्र अजकार तो है ना करना कुरान आता है कि तुसी अल्लाह का जिक्र करो कि आमम व कऊदन वाला जनूब हिम अल्लाह सिफता बयान करता है जिक्र करने वाले दियाँ कि मेरे बंदे चलते फिरते बैठे खलोते करवटा बदलते भी मेरा जिक्र करते ने करना चाहिए ना लेकिन जदों कट्ठे होके करांगे तो की होगा बिदत हो जाएगी। नमाज़े तस्बीह बाद अहले इलम ते आंदे ने कि साबित ही नहीं मैं ये बहस नहीं करता मैं ये अर्ज करना कि तुसी जिस चीज नूं कहंदे हो कि ये तरीका बदलन नाल बिदत हो गया है नबी करीम सल्लल्लाहु अलैहि वसल्लम ने पूरी जिंदगी फर्ज किसे नमाज तो बाद ईद दी नमाज तो बाद नमाज़े जनाजा तो बाद हाथ उठा के दुआ नहीं कीती। वो दुआ ही है जिहड़ी नबी करीम ने कीती है ते कर रहे ने। नमाज़े जनाजा तो बाद सारे अहले हदीस कहिंदे ने कि जिहड़ी हाथ उठा के बरेलवी भाई दुआ मंगते ने वह बिदत है। मैं अहले हदीसा वास्ते गुजारिश करना पिया तुसी सोचो वह भी नमाज है ते नमाज के बाद उन्हें हाथ उठा के दुआ मंगी है तुसी क्या है बिदत है नबी को यह तरीका साबित नहीं। फूड़ी दे उत्ते तीन दिन लोग बैठे रहते ने फूड़िया बचा के कई इस तो भी ज्यादा एल हदीस कहते ने कि इतने जरा बार बार लोग हाथ उठाते ने यह बिदत है नबी करीम ने साबित नहीं फरमाई ये बात नबी करीम तो यह साबित नहीं लिहाजा ये बिदत है इजतिमाई दुआ कट्ठिया होके हाथ उठाने साबित अहले हदीस आंदे ने ना। मैं हुण उन्हां अहले हदीस उलमा नूं भाइयां नूं बजुर्गां नूं शेखुल हदीसां नूं गुजारिश करांगा जमात दे अहबाब अगे अल्लाह वास्ते गुजारिश करांगा जदों वो अंदाज तरीका साबित नहीं सताईसवीं होवे इक्कीसवीं होवे तेईसवीं होवे उनतीसवीं होवे तुहाडा इश्तहार छाप के सारे शहर नूं सद के ते लंबे लंबे हथ करके एक दूजे दे नां लै लै के ते ए दुआ मंगनी ए किवें सुन्नत हो गई है। लो जी अज ते नवा ही मसला कर दिता जी अल्लाह ते सताईसवीं रात नूं बख्श देता वे क्यों भाई
ਤਾਂ ਕਰਾ ਤੁਹਾਨੂੰ ਇਬਾਦਤ। ਮੈਂ ਨਾ ਇਬਾਦਤ ਦਾ ਇਨਕਾਰ ਕਰਨਾ, ਨਾ ਰੱਬ ਦੇ ਬਖਸ਼ਣ ਦਾ ਇਨਕਾਰ ਕਰਨਾ, ਨਾ ਖਲੋਣ ਦਾ ਇਨਕਾਰ ਕਰਨਾ ਵਾ। ਸੁਣ ਲਓ ਜ਼ਾਲਮੇ, ਉਹ ਜਾਹਲੇ ਅਨਪੜ੍ਹ ਜਿਹੜਾ ਰੱਬ ਦੀਆਂ ਮਗਫਰਤਾਂ ਦਾ ਇਨਕਾਰ ਕਰੇ, ਇਹਨਾਂ ਰਾਤਾਂ ਦਾ ਇਨਕਾਰ ਕਰੇ, ਅੱਲਾ ਕੋਲੋਂ ਮੰਗਣ ਦਾ ਇਨਕਾਰ ਕਰੇ ਜਾਂ ਰੱਬ ਦੇ ਬਖਸ਼ਣ ਦਾ ਇਨਕਾਰ ਕਰੇ। ਰੱਬ ਬਖਸ਼ਦਾ ਵੀ ਹੈ, ਹੁਕਮ ਵੀ ਫਰਮਾਉਂਦਾ ਆ, ਉਹ ਮੰਗੋ। ਰਸੂਲ ਉੱਲਾ ਨੇ ਫਰਮਾਇਆ, ਮਨ ਕੌਮ ਲਈ ਲਤਲ ਕਦਰ ਈਮਾਨਨ ਵਹਿਤ ਸਾਬਨ ਗੁਫਿਰ ਲਹੂ ਮਾ ਤਾ ਕੱਦਮ ਮਿਨ ਜ਼ੰਬੇ ਹੀ। ਸੁਣੋ ਐਲੇ ਦੀਸੋ ਮੇਰੇ ਵੀਰੋ, ਖੁਦਾ ਵਾਸਤੇ ਮੈਂ ਅਰਜ਼ ਕਰਨਾ, ਨਬੀ ਕਰੀਮ ਨੇ ਤਰੀਕਾ ਦੱਸ ਦਿੱਤਾ ਹੈ, ਅੰਦਾਜ਼ ਦੱਸ ਦਿੱਤਾ ਹੈ, ਬਖਸ਼ਿਸ਼ ਦਾ ਮਗਫਰਤ ਦਾ ਅੰਦਾਜ਼ ਬਿਆਨ ਕਰ ਦਿੱਤਾ ਹੈ। ਆਪ ਨੇ ਆਪ ਮਗਫਰਤ ਕਰਕੇ ਮੰਗ ਕੇ ਦੱਸ ਦਿੱਤਾ ਹੈ ਕਿ ਮਨ ਕਾਮ ਲੈਲਤਲ ਕਦਰ ਈਮਾਨਨ ਵਾ ਇਹਤਸਾਬਨ ਗੁਫਿਰ ਲਹੂ ਮਾ ਤਕੱਦਮ ਮਿਨ ਜ਼ੰਬਿਹੀ। ਆਏ ਗੁਨਾ ਮਾਫ ਕੁਰਾਨ ਦਾ ਤਰੀਕਾ ਰਸੂਲੁੱਲਾ ਦਾ। ਰਸੂਲੁੱਲਾ ਸਹਾਬਾ ਨੂੰ ਲਿਆਏ, ਨਮਾਜ਼ ਪੜ੍ਹੀਏ, ਜਮਾਤ ਕਰਾਈਏ, ਜਿਹੜੀ ਤੁਸੀਂ ਤਰਾਵੀ ਪੜ੍ਹਦੇ ਹੋ, ਕਿਆਮੁਲ ਲੈਲ ਕਵੋ, ਸਲਾਤੁਲ ਲੈਲ ਕਵੋ, ਨਮਾਜ਼ ਤਹੱਜਦ ਕਵੋ, ਨਮਾਜ਼ ਇੱਕ ਹੀ ਹੈ, ਨਾ ਕਈ ਨੇ ਉਹਦੇ। ਕਿਆਮ ਕਰਕੇ ਖਲੋ ਕੇ ਨਮਾਜ਼ ਦੀ ਹਾਲਤ ਵਿੱਚ ਨਬੀ ਨੇ ਮਗਫਰਤ ਕੀਤੀ ਏ, ਰੱਬ ਨੇ ਬਖਸ਼ਿਆ ਕਿ ਨਹੀਂ ਬਈ? ਨਮਾਜ਼ ਤੋਂ ਬਾਅਦ ਨਬੀ ਕਰੀਮ ਸੱਲ ਅਲ ਸਲਮ ਨੇ 3 ਦਿਨ ਨੂੰ ਤਰਾਵੀ ਕਰਾਈ ਏ। ਕਿਸੇ ਦਿਨ ਨਬੀ ਕਰੀਮ ਨੇ ਤਰਾਵੀ ਕਿਆਮ ਤੋਂ ਇਲਾਵਾ ਬਾਅਦ ਵਿੱਚ ਹੱਥ ਉਠਾ ਕੇ ਦੁਆ ਮੰਗੀ 1 ਦਿਨ ਵੀ? ਉਹੋ ਹੀ ਦੁਆ ਏ, ਉਹੋ ਹੀ ਮਗਫਰਤ ਦਾ ਸਬੱਬ ਏ, ਉਹੋ ਹੀ ਰਾਤ ਨੂੰ ਪਾਉਣ ਦਾ ਤਰੀਕਾ ਏ, ਰਾਤ ਹਾਸਲ ਕਰਨ ਦਾ ਤਰੀਕਾ ਏ। ਕਿਆਮ ਅੰਦਰ ਖਲੋ ਕੇ ਨਮਾਜ਼ ਪੜ੍ਹ ਕੇ ਰਕੂ ਸਜਦਾ ਕਰਕੇ ਮੈਂ ਹਦੀਸ ਪੜ੍ਹਨਾ ਵਾ ਪਿਆ। ਮਨ ਕਾਮਾ ਜੋ ਖੜਾ ਹੋਵੇ ਲੈਲਤਲ ਕਦਰੇ, ਲੈਲਤੁਲ ਕਦਰ ਵਾ ਇਹਤਸਾਬਨ, ਆਪਣਾ ਇਹਤਸਾਬ ਕਰੇ, ਹਿਸਾਬ ਕਰੇ, ਮੇਰੇ ਕੋਲੋਂ ਕੀ ਹੋਇਆ, ਅੱਜ ਮੈਂ ਕੀਤਾ ਕੀ ਏ, ਅੱਲਾ ਦੀ ਬਾਰਗਾਹ 'ਚ ਆਪਣੇ ਆਪ ਨੂੰ ਪੇਸ਼ ਕਰੇ। ਉਸ ਕਿਆਮ ਨਾਲ, ਉਸ ਨਮਾਜ਼ ਨਾਲ, ਗੁਫਿਰ ਲਹੂ ਮਾ ਤਕੱਦਮ ਮਿਨ ਜ਼ੰਬੇ ਹੀ, ਉਹਦੇ ਪਿਛਲੇ ਗੁਨਾਹ ਰੱਬ ਮਾਫ਼ ਕਰਦਾ ਹੈਗਾ। ਇਹ ਨਬੀ ਦਾ ਤਰੀਕਾ ਹੈ। ਇਹ ਕੀ ਹੋਇਆ, ਨਮਾਜ਼ ਪੜ੍ਹ ਲਈਏ, ਬਾਅਦ 'ਚ ਲੰਮੇ ਲੰਮੇ ਹੱਥ ਉਠਾ ਲੈਣੇ। ਹੁਣ ਰੱਬ ਨੇ ਬਖਸ਼ਿਆ, ਜਿਹੜਾ ਪਹਿਲਾਂ ਖਲੋਤਾ ਰਿਹਾ ਇੰਨਾ ਚਿਰ, ਉਹਦੇ ਵਿੱਚ ਰੱਬ ਨੇ ਹੀ ਬਖਸ਼ਿਆ। ਕਿਉਂ ਬਈ, ਉਹ ਕਾਹਦੇ ਵਾਸਤੇ ਸੀ? ਨਬੀ ਨੇ ਤੇ ਉਹਨੂੰ ਕਿਹਾ ਹੈ ਕਿ ਜਿਹੜਾ ਇਹਦੇ ਵਿੱਚ ਖਲੋਂਦਾ ਪਿਆ ਉਹਨੂੰ ਅੱਲਾ ਬਖਸ਼ਦਾ ਹੈਗਾ। ਇਹ ਕੀ ਆਉਂਦਾ ਹੈ, ਆਉਂਦਾ ਵੇਖੋ ਜੀ, ਮੌਲਵੀ ਸਾਹਿਬ ਨੇ ਇਨਕਾਰ ਕਰ ਦਿੱਤਾ ਹੈ ਦੁਆ ਦਾ ਹੀ। ਮੈਂ ਬਈ ਦੁਆ ਦਾ ਇਨਕਾਰ ਕੀਤਾ, ਮੈਂ ਐਤ ਵੀ ਪੜ੍ਹੀਏ, ਹਦੀਸ ਵੀ ਪੜ੍ਹੀਏ, ਦੁਆ ਇਬਾਦਤ ਹੈ। ਜਿਹੜਾ ਦੁਆ ਵੱਲੋਂ ਮੂੰਹ ਫੇਰੇ ਉਹ ਜਹੰਮੀ ਹੈ, ਹਮੇਸ਼ਾ ਦੋਜ਼ਖ ਵਿੱਚ ਰਹੇਗਾ। ਦੁਆ ਦਾ ਇਨਕਾਰ ਨਹੀਂ, ਤਰੀਕੇਕਾਰ ਦਾ ਫਰਕ ਹੈ। ਜਿਸ ਪੈਗੰਬਰ ਦੇ ਉੱਤੇ ਐਤ ਆਈ ਹੈ, ਜਿਸ ਪੈਗੰਬਰ ਨੇ ਇਬਾਦਤ ਕਿਹਾ ਹੈ, ਜਿਸ ਰੱਬ ਨੇ ਇਬਾਦਤ ਕਿਹਾ ਹੈ, ਉਸ ਇਬਾਦਤ ਦਾ ਰੱਬ ਰਸੂਲ ਨੇ ਤਰੀਕਾ ਵੀ ਦੱਸਿਆ ਕਿ ਨਹੀਂ ਬਈ? ਕਿਉਂ ਬਈ, ਪਰ ਜਿਹਨੇ ਇਬਾਦਤ ਕਿਹਾ ਹੈ, ਉਸ ਰੱਬ ਨੇ ਨਬੀ ਘੱਲਿਆ ਹੈ, ਉਸ ਨਬੀ ਨੇ ਸਾਨੂੰ ਉਸ ਇਬਾਦਤ ਦਾ ਤਰੀਕਾ ਦੱਸਿਆ ਕਿ ਨਹੀਂ? ਜੇ ਇਬਾਦਤ ਰੱਬ ਦੀ ਹੈ ਤੇ ਫਿਰ ਤਰੀਕਾ ਵੀ ਰੱਬ ਦੇ ਘੱਲੇ ਹੋਏ ਰਸੂਲ ਦਾ ਹੀ ਅਸੀਂ ਇਖਤਿਆਰ ਕਰਾਂਗੇ ਤੇ ਸਾਡੀ ਇਬਾਦਤ ਕਬੂਲ ਹੋਏਗੀ ਨਾ? ਇਬਾਦਤ ਰੱਬ ਦੀ, ਤਰੀਕਾ ਸੋਹਣੇ ਰਸੂਲ ਦਾ ਹੋਣਾ ਚਾਹੀਦਾ। ਤੇ ਜੇ ਅਸੀਂ ਇਬਾਦਤ ਰੱਬ ਦੀ ਕਰੀਏ, ਤਰੀਕਾ ਆਪਣਾ ਇਖਤਿਆਰ ਕਰੀਏ, ਤੇ ਫਿਰ ਉਹ ਇਬਾਦਤ ਇਬਾਦਤ ਨਹੀਂ ਤੇ ਦੁਆ ਕਬੂਲ। ਦੁਆ ਨੂੰ ਇਬਾਦਤ ਆਖਿਆ ਨਾ, ਤੇ ਇਬਾਦਤ ਕਿਹਦੀ ਹੈ? ਅੱਲਾ ਦੀ। ਤਰੀਕਾ ਕਿਹਦਾ ਹੈ? ਰਸੂਲ ਦਾ। ਇਹ ਤਰੀਕਾ ਰਸੂਲ ਦਾ ਨਹੀਂ ਕਿ ਤਰਾਵੀਆਂ ਪੜ੍ਹ ਕੇ ਬਾਅਦ ਵਿੱਚ ਲੰਮੇ ਲੰਮੇ ਹੱਥ ਉਠਾ ਕੇ ਸਾਰੇ ਦੁਆਵਾਂ ਮੰਗਦੇ ਰਹਿਣ।
ਪਹਿਲਾਂ ਜਿਹੜਾ ਅਸੀਂ ਹੁਣ ਤੱਕ ਖਲੋਤੇ ਰਹੇ ਹਾਂ ਤਰਾਵੀਆਂ ਵਿੱਚ, ਨਬੀ ਨੇ ਉਹਦੇ ਵਿੱਚ ਬਖਸ਼ਿਸ਼ ਦੀ ਗਰੰਟੀ ਦਿੱਤੀ ਹੈ, ਬਾਅਦ ਵਾਲੀ ਦੁਆ ਹੈ ਹੀ ਕੋਈ ਨਹੀਂ। ਹੁਣ ਸੁਣੀਏ ਇਹੋ 24 ਪਾਰਾ ਸੂਰਤ ਅਲ ਮੂਮਿਨ। ਅੱਲਾ ਫਰਮਾਉਂਦੇ ਨੇ ਕਿ ਜਿਹੜੇ ਲੋਕ, ਤਵੱਜੋ ਨਾਲ ਮੇਰੇ ਵੀਰੋ ਜ਼ਰਾ ਸੁਣ ਲਿਆ ਜੇ, ਵਕਾਲਾ ਰੱਬੋ ਕੋ ਮਦਊਨੀ ਅਸਤਜਬ ਲਕੁਮ, ਅੱਲਾ ਫਰਮਾਉਂਦੇ ਨੇ ਪਏ ਕਿ ਮੈਨੂੰ ਪੁਕਾਰੋ, ਮੈਂ ਤੁਹਾਡੀ ਪੁਕਾਰ ਨੂੰ ਕਬੂਲ। ਦੁਆ ਦਾ ਮਨਾ ਪੁਕਾਰਨਾ ਹੈ, ਮੂੰਹ ਨਾਲ ਹੱਥ ਖੜੇ ਕਰਨਾ ਕੋਈ ਦੁਆ ਨਹੀਂ ਹਰ ਜਗ੍ਹਾ ਦੇ ਉੱਤੇ। ਦੁਆ ਦਾ ਕੀ ਮਨ ਹੈ? ਪੁਕਾਰਨਾ, ਮੂੰਹ ਨਾਲ ਗੱਲ ਕਰਨੀ, ਦੁਆ ਕਰਨੀ, ਪੜ੍ਹਨਾ ਕੁਝ, ਮੰਗਣਾ। ਨਬੀ ਸਲਾਮ ਨੇ ਬਣਾ ਅਫਜ਼ਲ ਦੁਆ ਅਲਹਮਦੁਲਿਲਾ, ਅਫਜ਼ਲ ਦੁਆ ਤਿਰਮਿਜ਼ੀ ਜਾ ਰਿਹਾ ਕਿ ਕਿਆ ਹੈ ਸੂਰਤ ਫਾਤਿਹਾ ਪੜ੍ਹਨੇ ਆ ਕਿ ਨਹੀਂ? ਜਿਸ ਰਕਾਤ ਚ ਫਾਤਿਹਾ ਨਾ ਪੜ੍ਹੀ ਜਾਏ ਔਰ ਰਕਾਤ ਹੀ ਨਹੀਂ, ਕਦੀ ਹੱਥ ਉਠਾਏ ਨੇ? ਹੱਥ ਬੰਨ ਕੀ ਕਰਨੇ ਆ ਨਾ? ਅੱਤਾ ਯਾਦ ਚ ਦੀ ਦੁਆਈ ਕਰਨੇ ਆ ਕਿ ਨਹੀਂ? ਅਲਾਮਾ ਸੱਲੇ ਅਲਾ ਅਲਾਮਾ ਬਾਰਕ ਵੀ ਤੇ ਦੁਆ ਹੈ ਨਾ, ਰੱਬੇ ਜਾਲਨੀ ਵੀ ਤੇ ਦੁਆ ਹੈ ਨਾ। ਅਲਾਮਾ ਇਨੀ ਜ਼ਲਮ ਤੋ ਨਫਸੀ ਜ਼ੁਲਮਨ ਕਸੀਰਾ ਵਲਾ ਯਗਫਿਰ ਜ਼ੁਨੂਬਾ ਇਲਾ ਅੰਤਾ ਫਗਫਿਰ ਲੀ ਮਗਫਿਰਤਮ ਮਿਨ ਇੰਦਕਾ ਵਰਹਮ ਇਨਨਾ ਕਾ ਅੰਤਲ ਗਫੂਰ ਰਹੀਮ, ਦੁਆ ਹੈ ਨਾ। ਅਲਾਮਾ ਇਨੀ ਆਊਜ਼ ਬਿਕਾ ਮਿਨ ਅਜ਼ਾਬ ਅਲ-ਕਬਰ ਵਾਊਜ਼ ਬਿਕਾ ਮਿਨ ਅਜ਼ਾਬ ਜਹੰਨਮ ਅੱਗੇ ਵਗੈਰਾ, ਜਿੰਨੀਆਂ ਅਸੀਂ ਦੁਆਈ ਪੜ੍ਹਨੇ ਆਏ ਦੁਆਈ ਨੇ ਨਾ, ਐ ਨੇ ਕਿ ਨਹੀਂ? ਕਦੀ ਹੱਥ ਉਠਾਏ ਨੇ? ਇੱਥੇ ਅੱਤਾ ਯਾਦ ਤੇ ਜਦੀ ਹੱਥ ਗੋਡਿਆਂ ਤੇ ਰੱਖ ਕੇ ਪੜ੍ਹਨੇ ਆ, ਕਿਆਮ ਵਿੱਚ ਅਸੀਂ ਹੱਥ ਸੀਨੇ ਤੇ ਰੱਖ ਕੇ ਬੰਨ ਕੇ ਪੜ੍ਹਨੇ ਆ, ਹਜ਼ਰਾਤ ਮਸਜਿਦ ਵੜਦੇ ਆ ਦੁਆ ਕਰਨੇ ਆ, ਲੈਟਰੀਨ ਜਾਂਦੇ ਆ ਦੁਆ ਕਰਨੇ ਆ, ਗੱਲ ਸਮਝੋ, ਵੁਜ਼ੂ ਤੋਂ ਬਾਅਦ ਦੁਆ ਕਰਨੇ ਆ, ਨਮਾਜ਼ ਤੋਂ ਬਾਅਦ ਦੁਆ ਕਰਨੇ ਆ, ਅਜ਼ਾਨ ਦੀ ਦੁਆ ਕਰਨੇ ਆ, ਸਵਾਰੀ ਦੀ ਅਸੀਂ ਦੁਆ ਕਰਨੇ ਆ, ਆਇਨਾ ਸ਼ੀਸ਼ਾ ਦੇਖਣ ਦੀ ਦੁਆ ਕਰਨੇ ਆ, ਕੱਪੜੇ ਪਹਿਨਣ ਦੀ ਦੁਆ ਕਰਨੇ ਆ, ਬੀਵੀ ਪਾਸ ਜਾਣ ਦੀ ਦੁਆ ਕਰਨੇ ਆ, ਲੇਕਿਨ ਇਹਨਾਂ ਮੌਕਿਆਂ 'ਤੇ ਕਦੀ ਕਿਸੇ ਹੱਥ ਉਠਾਏ ਨੇ ਬਾਈ? ਅਤੇ ਜੇ ਇਹ ਸਾਰੀਆਂ ਦੁਆਵਾਂ ਹੱਥ ਉਠਾਏ ਬਗੈਰ ਹੋ ਜਾਂਦੀਆਂ ਨੇ, ਅਤੇ ਨਮਾਜ਼ ਦੇ ਬਾਅਦ ਵਾਲੀ ਦੁਆ ਹੱਥ ਉਠਾਏ ਬਗੈਰ ਨਹੀਂ ਹੁੰਦੀ? ਕੋਈ ਇਨਸਾਫ਼ ਵੀ ਕਰੋ। ਫਿਰ ਕਈ ਲੋਕ ਕਹਿੰਦੇ ਨੇ ਜੀ ਨਬੀ ਨੇ ਫਰਮਾਇਆ ਦੁਆ ਉਹ ਮੁਖੁਲ ਇਬਾਦਾ, ਦੁਆ ਇਬਾਦਤ ਦਾ ਮਗਜ਼ ਹੈ, ਦੁਆ ਇਬਾਦਤ ਦਾ। ਅੱਛਾ, ਪਹਿਲੀ ਗੱਲ ਤਾਂ ਇਹ ਕਿ ਇਹ ਹਦੀਸ ਸਾਬਤ ਨਹੀਂ। ਅੱਛਾ, ਦੂਸਰੀ ਗੱਲ, ਮਗਜ਼ ਕਿਸੇ ਵੀ ਚੀਜ਼ ਦਾ ਇਬਾਦਤ ਦੇ ਵਿੱਚ ਹੁੰਦਾ ਹੈ ਕਿ ਬਾਅਦ ਹੁੰਦਾ ਹੈ ਬਈ? ਤੁਹਾਡਾ ਮਗਜ਼ ਤੁਹਾਡੇ ਵਜੂਦ ਦੇ ਵਿੱਚ ਹੈ ਕਿ ਬਾਹਰ ਹੈ? ਜਦੋਂ ਵਜੂਦ ਵਿੱਚੋਂ ਮਗਜ਼ ਬਾਹਰ ਹੋ ਜਾਏ ਫਿਰ ਤਾਂ ਵਜੂਦ ਵਜੂਦ ਹੀ ਖਤਮ ਹੋ ਗਿਆ, ਮਰ ਗਿਆ ਨਾ। ਤੇ ਸਲਾਮ ਫਿਰਨ ਤੋਂ ਬਾਅਦ ਵਾਲੀ ਦੁਆ ਨੂੰ ਆਉਂਦਾ ਇਹ ਮਗਜ਼ ਹੈ, ਹੁਣ ਤਾਂ ਮਗਜ਼ ਉਂਝ ਹੀ ਨਿਕਲ ਗਿਆ ਹੈ, ਤੇ ਉਹ ਮਗਜ਼ ਸੀ ਜਦੋਂ ਅੱਲਾਹ ਅਕਬਰ ਤੋਂ ਲੈ ਕੇ ਸਲਾਮ ਤੱਕ ਜਿਹੜੀਆਂ ਦੁਆਵਾਂ ਕਰਦਾ ਰਿਹਾ, ਫਿਰ ਉਹ ਤਾਂ ਮਗਜ਼ ਨਾ ਹੋਈਆਂ, ਬਾਅਦ ਵਾਲੀ ਨੂੰ ਇਹਨੇ ਮਗਜ਼ ਆਖ ਦਿੱਤਾ। ਦੁਆ ਉਹ ਕੀ ਕਹਿੰਦੇ ਨੇ? ਮੁਖਲ ਇਬਾਦਤ, ਦੁਆ ਇਬਾਦਤ ਦਾ ਮਗਜ਼ ਹੈ, ਅਤੇ ਮਗਜ਼ ਵਿੱਚ ਹੁੰਦਾ ਕਿ ਬਾਹਰ ਹੁੰਦਾ ਹੈ? ਇਬਾਦਤ ਤੋਂ ਮਗਜ਼ ਤੋਂ ਬਗੈਰ ਕਰ ਲਈਏ, ਹੁਣ ਤੈਨੂੰ ਮਗਜ਼ ਲੱਭਿਆ ਇਸਲਾਮ ਤੋਂ ਬਾਅਦ, ਇਹ ਅਕਲ ਵੀ ਗੱਲ ਨਹੀਂ ਮੰਨਦੀ। ਮੇਰੇ ਵੀਰੋ, ਮੈਂ ਖੁਦਾ ਵਾਸਤੇ ਤੁਹਾਨੂੰ ਦਾਵਤ ਦਿਆਂਗਾ, ਮੌਲਵੀਆਂ ਦੀ, ਸਿਆਸਤ ਦੀ, ਜਮਾਤਾਂ ਦੀ, ਪੈਸੇ ਦੀ, ਮਹੱਲੇ ਦੀ, ਅੰਜਮਨਾਂ ਦੀ, ਆਪਣੀ ਮਸਲਿਆਤ ਦੀ ਨਜ਼ਰ ਨਾ ਹੋਵੋ, ਦੀਨ ਇਸਲਾਮ ਨੂੰ ਸਮਝੋ, ਜੋ ਦੀਨ ਹੈ ਉਹਦੇ 'ਤੇ ਅਮਲ ਕਰੋ। ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਮੈਂ ਅਹਿਲੇ ਹਦੀਸ ਦਾ ਮੌਲਵੀ ਨਹੀਂ, ਮੈਂ ਦੀਨ ਦਾ ਮੌਲਵੀ ਹਾਂ। ਅਹਿਲੇ ਹਦੀਸ ਵੀ ਐਸੀਆਂ ਹਰਕਤਾਂ ਕਰ ਰਹੇ ਨੇ ਅੱਜ ਕੱਲ੍ਹ ਨੌਜਵਾਨ ਸਾਡੇ ਖਤੀਬ, ਜਿਨ੍ਹਾਂ ਦਾ ਹਦੀਸ ਨਾਲ ਕੋਈ ਤਾਲੁਕ ਨਹੀਂ, ਵਾਸਤਾ ਨਹੀਂ, ਅਕੈਦੋ ਨਜ਼ਰੀਆਤ ਤੋਂ ਦੂਰ ਦੂਰ ਵੀ ਉਹਨਾਂ ਦਾ ਕੋਈ ਤਾਲੁਕ ਨਹੀਂ। ਤਾਂ ਮੈਂ ਇਹ ਅਰਜ਼ ਕਰਨਾ ਚਾਹੁੰਦਾ ਹਾਂ ਕਿ ਦੁਆ ਨਾਲ ਕੋਈ ਇਖਤਲਾਫ ਨਹੀਂ। ਫਿਰ ਅੱਲਾਹ ਤਬਾਰਕ ਵਾ ਤਾਲਾ ਨੇ ਇਹ ਫਰਮਾਇਆ ਕਿ ਬਾਅਦ ਲੋਕ ਐਸੇ ਵੀ ਨੇ, ਉਹ
अल्लज़ीन युहसिनून सुना आंदे ने असा बड़िया नेकियां कर लिया ने नेकियां दी फैक्ट्रियां लगा लिया ने ओ फुले नहीं समांदे बड़ा सदका किया बड़िया खैरातां कीतियां ने बड़े रोजे रखे ने ज़कातां दित्तियां ने अल्लाह ने ला नुकीमु लहुम यौमल क़ियामत वज़ना उस किसे नेकी दा क़ियामत नू वज़न नहीं कीता जाएगा क्यों उस नेकी ते मुस्तफा सल्लल्लाहु अलैहि वसल्लम दी मोर नहीं नबी करीम दी मोर नहीं जिस नेकी ते नबी करीम दी मोर नहीं हो नेकी नेकी नहीं कबूल की जाएगी। मेरे वीरों अल्लाह ताला ने एक असूल कानून बनाया है कि नेकी वो कबूल होनी है जिस नेकी दी निस्बत पहले मुहम्मद रसूलल्लाह दे नाल होनी है यानी उतो पास होनी है मोर रसूल दी लगनी है। काफर दी नेकी क्यों कबूल नहीं काफर दी नेकी क्यों कबूल नहीं वो इस वास्ते कबूल नहीं कि उन्हें मुस्तफा दा कलमा नहीं पढ़िया। मुशरक दी क्यों नेकी कबूल नहीं अल्लाह फरमांदे ने इन्नल्लाह ला यगफिरु अन युशरक बिही व यगफिरु मा दून ज़ालिका लिमन यशा शिरक दे अलावा सारे गुनाह माफ करता है चाहे ते लेकिन शिरक रब ने माफ करना ही नहीं उस बंदे दा जिहड़ा शिरक ते मर जाए। हाँ जिंदगी वेच चाहे बंदा ते शिरक कोलों भी तौबा करे ते रब नूं माफ कर देगा। मुशरकां नूं रब ने माफ कीता ना पर उन्हां नूं जिन्हां आप अपना शिरक जिंदगी वेच माफ करा लिया है ते मरन वाला मुशरक मर जाए काफिर मर जाए दीन इस्लाम दा बागी मर जाए ते पुत्र मगरों देगा लवाता फिरे ते मेरा प्यो बिश्ती ते मां जनतन ते ओ खत्म दवांदा फिरे अल्लाह की कसम किसे खत्म दा किसे पुत्र दी नेकी दा उस मां बाप नू कोई फायदा नहीं होना जिदा मां बाप कुफर शिरक ते मर गया है। सब तो पहली शर्त यह है कि बंदा खुद मोमिन होवे मुशरक ना होवे बिदअती ना होवे फिर ओदी औलाद जो भी नेक अमल करेगी जिन्ना उस औलाद नू अजर सवाब मिलेगा उन्ना ही ओदे मां बाप नू भी मिलेगा। तो दुआ माँ बाप वास्ते करया करो रब्बा नस्तगफिर लना वाले इख्वानिना लज़ीना सबकूना बिल ईमान वला तजअल फी कुलूबिना गिल्लन लज़ीना आमनू रब्बाना इन्नका रऊफुर रहीम रब्बे जालनी मुकीम सलात व मिन ज़ुर्रियती रब्बाना व तकब्बल दुआ रब्बाना गफिर ली वाले वाले दैया वलिल मुमिनीना यौमा यकूमुल हिसाब। क्यों भी पढ़ते हो ना कभी किसी उत्ते हाथ उठाए ने मैनू दुआ नाल इख्तिलाफ नहीं दुआ मंगनी है इबादत है सुन्नत है जो ना करे वो मुतकब्बर है मुतकब्बर हमेशा दो दखे जाएगा। मैनू सिर्फ दुआ दे तरीके कार नाल इख्तिलाफ है जिहड़े अहले हदीस उलमा फूड़ी ते बिदत कहिंदे ने जनादे तो बाद बिदत कहिंदे ने नमाज़े तस्बीह नूं बिदत कहिंदे ने जमात नाल पढ़ना और कठियां होके इजतिमाई सूरत विच दुआ करन नूं बिदत कहिंदे ने। अज इन्हां ताकरातां होण जां कोई होर मौका होवे भावें जलसा ही होवे कानफरेंस ही होवे ते सारे लोगों इश्तहार छाप के सद के ते बाद विच लम्मे लम्मे हथ करके ते दुआवां मंगणियां ये भी सुन्नत नहीं जे ओ बिदता ने ते ये भी बिदत है ते जे ये सुन्नत है बिदत नहीं ते फिर उन्हां दियां नूं भी बिदत नहीं कहा जा सकता जनादे तो बाद भी तुसी फिर बिदत नहीं कह सकते। मैनू और तुहानू अल्लाह सब नूं इंसाफ दयानतदारी दे नाल हक हक नूं समझ के ते उहदे ते अमल दी तौफीक नाए फरमाए। आखिर दावाना अलहम्दुलिल्लाह रब्बिल आलमीन।